ਇਹ ਸੋਮਸੀ ਨਸੀਦੇ ਨਾਚ ਆਸਮਸੀ ਦਾ ਸਲਾਮ ਜਾਗਦਾ ਬਜ਼ੁਰਗਾਂ ਤੇ ਮਾਈਆਂ ਨੂੰ ਮੇਰਾ ਸਲਾਮ ਤੇ ਅੱਜ ਦਾ ਪ੍ਰੋਗਰਾਮ ਲੈ ਕੇ ਮੈਂ ਹਾਜ਼ਰ ਹੋਇਆ ਮਾਂ ਅੱਜ ਦੀ ਗੱਲ ਮੈਂ ਅੱਜ ਦੀ ਗੱਲ ਦੇ ਨਾਲ ਮੈਂ ਪਿਛਲੀ ਗੱਲ ਵੀ ਕਰਾਂਗਾ ਮੈਂ ਹਫ਼ਤੇ ਦੀ ਵੀ ਗੱਲ ਕਰਾਂਗਾ ਮੈਂ ਮਹੀਨੇ ਦੀ ਗੱਲ ਵੀ ਕਰਾਂਗਾ ਤੇ ਸਾਲਾਂ ਦੀ ਵੀ ਗੱਲ ਕਰਾਂਗਾ ਤੇ ਮੈਂ ਅੱਜ ਦੀ ਗੱਲ ਲੈ ਕੇ ਜਿਹੜੇ ਆਇਆ ਮਾਂ ਉਸ ਗੱਲ ਦਾ ਮੈਂ ਤੁਹਾਡੇ ਨਾਲ ਬੜੇ ਵਿਚਾਰ ਦੇ ਨਾਲ ਗੱਲ ਕਰਨ ਲੱਗਾ ਮਾਂ ਬੜੀ ਸੋਚ ਨਾਲ ਗੱਲ ਕਰਨ ਲੱਗਾ ਮਾਂ ਕਿਉਂਕਿ ਮੈਂ ਜਿਹੜੀ ਗੱਲ ਲੈ ਕੇ ਆਇਆ ਵਾਂ ਉਹ ਵੇ ਅੱਜ ਦੀ ਗੱਲ ਗੱਲ ਤੇ ਬੜੀ ਕੜਾਂਗੀ ਏ ਲੇਕਿਨ ਕਰਨ ਲੱਗਿਆ ਇਹ ਸੋਚ ਕੇ ਖੁਸ਼ੀ ਹੁੰਦੀ ਪਈ ਏ ਤੇ ਘਰ ਮੇਸਟਰ ਵੀ ਕਿਸ ਮੁਲਕ ਚ ਰਹਿੰਦਿਆਂ ਹੋਇਆਂ ਸਾਨੂੰ ਬੜੀਆਂ ਮੁਸ਼ਕਿਲਾਂ ਵੀ ਸਾਹਮਣੇ ਆਉਂਦੀਆਂ ਨੇ ਲੇਕਿਨ ਮੈਂ ਇਹ ਗੱਲ ਕਰਨਾ ਚਾਹਨਾ ਵਾਂ ਗੁਜ਼ਰੇ ਦਿਨਾਂ 'ਚ ਔਰ ਇਹ ਥੋੜੇ ਦਿਨ ਪਹਿਲਾਂ ਮੇਰੇ ਸਾਹਮਣੇ ਜਿਹੜਾ ਕੇਸ ਆਇਆ ਮੈਂ ਉਹਦੀ ਗੱਲ ਸਭ ਤੋਂ ਪਹਿਲਾਂ ਕਰਾਂਗਾ ਔਰ ਆਜਾ ਮਸੀਦਾ ਕੇਸ ਆਇਆ ਜਿਹਨੂੰ ਜ਼ਬਰੀ ਮਸਬ ਤਬਦੀਲੀ ਲਈ ਮਜਬੂਰ ਕੀਤਾ ਗਿਆ ਖਾਲੀ ਮਜਬੂਰੀ ਨਹੀਂ ਕੀਤਾ ਗਿਆ ਉਸ ਖਾਨਦਾਨ ਨੂੰ ਕਿਉਂ ਨਾ ਉਸ ਖਾਨਦਾਨ ਦੇ ਮਿਲੇ ਹੋਏ ਬਹੁਤ ਸਾਰੇ ਰਿਸ਼ਤਿਆਂ ਨੂੰ ਉਸ ਏਰੀਆ ਦੇ ਵਿੱਚੋਂ ਉਸ ਇਲਾਕੇ ਦੇ ਵਿੱਚੋਂ ਨਸਣਾ ਪਿਆ ਅਸੀਂ ਮੁਲਕ ਇਸ ਮੁਲਕ ਦੇ ਵਾਸੀ ਆ ਲੇਕਿਨ ਅਸੀਂ ਅੱਜ ਆਪਣੀਆਂ ਪਿਛਲੀਆਂ ਗੱਲਾਂ ਵੱਲ ਜਾਈਏ ਕਿ ਅਸਾਂ ਕਿੰਨੀਆਂ ਮੁਸੀਬਤਾਂ ਦੇ ਨਾਲ ਕਿੰਨੇ ਹੌਸਲਿਆਂ ਦੇ ਨਾਲ ਕੁਰਬਾਨੀਆਂ ਦੇ ਨਾਲ ਅਸਾਂ ਇਸ ਮੁਲਕ ਲਈ ਆਪਣੇ ਆਪ ਨੂੰ ਪੇਸ਼ ਕੀਤਾ لیکن ਅਸੀਂ ਉਸ ਗੱਲਾਂ ਨੂੰ ਯਾਦ ਕਰੀਏ ਤੇ ਸਾਨੂੰ ਸੋਚ ਆਉਂਦੀ ਏ ਕਿ ਅਸੀਂ ਤਾਂ ਬੜੀ ਮੁਹੱਬਤਾਂ ਦੇ ਨਾਲ ਇਸ ਮੁਲਕ ਨੂੰ ਹਾਸਲ ਕੀਤਾ ਲੇਕਿਨ ਅਫਸੋਸ ਨਾਲ ਇਹ ਕਹਿਣਾ ਪੈਂਦਾ ਹੈ ਕਿ ਜਿਹੜਾ قائداعظم ਨੇ ਗੱਲ ਕੀਤੀ ਸਾਰੇ ਮਜ਼ਹਬ ਆਪਣੀ ਆਪਣੀ ਜਗ੍ਹਾ ਤੇ ਆਜ਼ਾਦ ਨੇ ਲੇਕਿਨ ਅਸੀਂ ਅਗਰ ਅੱਜ ਗੱਲ ਕਰੀਏ ਤੇ ਪਾਕਿਸਤਾਨ ਦੇ ਵਿੱਚ ਇਹ ਆਜ਼ਾਦੀ ਸਾਡੀ ਮਸਖ ਕਰ ਦਿੱਤੀ ਗਈ ਏ ਸਾਡੀ ਆਜ਼ਾਦੀ ਇਸ ਮੁਲਕ ਦੇ ਵਿੱਚ ਕੁਚਲ ਦਿੱਤੀ ਗਈ ਹੈ ਸਾਡੇ ਚਾਹੇ ਕੋਈ ਕੁੜੀ ਏ ਤੇ ਭਾਵੇਂ ਕੋ ਮੁੰਡਾ ਏ ਰਾਜਾ ਮਸੀਹ ਦਾ ਕੇਸ ਇਸ ਤੋਂ ਮੈਂ ਲੈ ਆ ਰਿਆਂ ਕਿ ਉਹ ਥੋੜੇ ਦਿਨਾਂ ਦੀ ਗੱਲ ਹੈਗੀ ਹੈ ਉਹਨਾਂ ਦੇ ਘਰ ਚ ਪੱਠੇ ਜੱਤੇ ਦਾ ਕੰਮ ਕਰਦਾ ਪਿਆ ਉਸ ਘਰ ਚ ਉਹਨਾਂ ਦੇ ਹਰ ਇੱਕ ਕੰਮ ਦੇ ਵਿੱਚ ਸ਼ਾਮਲ ਹੈ ਲੇਕਿਨ ਉਹ ਕਿਹੜੀ ਐਸੀ ਗੱਲ ਕਿ ਜਿਹਦੀ ਵਜ੍ਹਾ ਤੋਂ ਤੁਸੀਂ ਉਹਨੂੰ ਇਹ ਕਹਿ ਆ ਕਿ ਤੂੰ ਮਜ਼ਬਬ ਤਬਦੀਲ ਕਰ ਲੈ ਤੂੰ ਮੁਸਲਮਾਨ ਹੋ ਜਾ ਔਰ ਜਦੋਂ ਉਸ ਮਜ਼ਬਬ ਦੇ ਬਾਰੇ ਚ ਉਹਨੂੰ ਪਤਾ ਹੀ ਨਹੀਂ ਹੈਗਾ ਤੋ ਉਸ ਨੂੰ ਇਹਦੇ ਤੇ ਮਜਬੂਰ ਕੀਤਾ ਜਾ ਰਿਹਾ ਹੈ ਮੇਰੇ ਭੈਣੋ ਤੇ ਭਾਈਓ ਮੈਂ ਆਪਣੇ ਉਹਨਾਂ ਭੈਣ ਭਰਾਵੀਆਂ ਦੀ ਗੱਲ ਕਰਾਂਗਾ ਜਿਹੜੇ ਮੁਸਲਮਾਨ ਪਰਿਵਾਰਾਂ ਦੇ ਘਰ ਕੰਮ ਕਰਦੇ ਨੇ ਉਹਨਾਂ ਨੂੰ ਜ਼ਰੂਰਤ ਹੈ ਵੇ ਕਿ ਉਹ ਸਭ ਤੋਂ ਪਹਿਲਾਂ ਤੇ ਆਪਣੇ ਮਜ਼ਬੂ ਨੂੰ ਚੰਨਣਾ ਸ਼ੁਰੂ ਕਰਨ ਜਦੋਂ ਤੁਹਾਨੂੰ ਅੱਜ ਤੱਕ ਆਪਣੇ ਮਜ਼ਬੂ ਦੀ ਸਮਝ ਨਹੀਂ ਆਂਦੀ ਤੇ ਕਿਸੇ ਦੇ ਪਿੱਛੇ ਕਾਵੇਂ ਕਿਵੇਂ ਮੂੰ ਚੁੱਕ ਕੇ ਟੁਰ ਪੈਂਦੇ ਜੀ ਮੇਰੇ ਭਾਈਓ ਮੇਰੇ ਭੈਣੋ ਕਾਸ਼ ਕਿ ਤੁਹਾਨੂੰ ਮੇਰੀ ਗੱਲ ਦੀ ਸਮਝ ਆਵੇ ਜਦੋਂ ਸਮਝ ਨਹੀਂ ਆਂਦੀ ਤੇ ਅਸੀਂ ਆਪਣੇ ਕੰਨ ਬੰਦ ਕਰ ਲੈਨੇ ਆ ਔਰ ਜਦੋਂ ਕੰਨ ਬੰਦ ਕਰ ਲੈਨੇ ਆ ਤੇ ਫਿਰ ਯਾਦ ਰੱਖੋ ਸਾਡੀਆਂ ਇੱਜ਼ਤਾਂ ਵੀ ਰੁੱਲਦੀਆਂ ਨੇ ਅਸੀਂ ਬੇਇੱਜ਼ਤ ਵੀ ਹੋ ਜਾਂਦੇ ਆ ਤੇ ਹਰ ਜਗ੍ਹਾ ਦੇ ਜ਼ਲੀਲ ਵੀ ਹੁੰਨੇ ਆ ਮੈਂ ਗੱਲ ਆਪਣਿਆਂ ਦੇ ਨਾਲ ਮੈਂ ਉਹਨਾਂ ਸਾਰਿਆਂ ਨਾਲ ਵੀ ਗੱਲ ਕਰਨਾ ਪਿਆਵਾ ਜਿਹੜੇ ਇਸ ਚੈਨਲ ਦੇ ਵਸਾਤਰ ਨਾਲ ਨੂੰ ਸੁਣਦੇ ਪੈ ਨੇ ਅਸੀਂ ਇਸ ਮੁਲਕ ਦੇ ਵਿੱਚ ਰਹਿੰਨੇ ਆ ਲੇਕਿਨ ਇਹਦਾ ਹਰ ਕਿਸ ਮਤਲਬ ਇਹ ਨਾਲ ਆ ਜਾਵੇ ਕਿ ਅਸੀਂ ਆਪਣੀਆਂ ਜ਼ਬਾਨਾਂ ਤੇ ਵੀ ਤਾਲੇ ਲਾ ਲਾਂਗੇ ਸਾਨੂੰ ਇਨਾ ਵੀ ਹੱਕ ਹੈ ਕਿ ਅਸੀਂ ਬੋਲ ਵੀ ਸਕਨੇ ਆ ਤੇ ਅਸੀਂ ਇਹ ਪੁੱਛਣਾ ਚਾਹਦੇ ਆ ਕਿ ਉਹ ਕਿਹੜੀ ਐਸੀ ਤੁਹਾਨੂੰ ਗੱਲ ਸਤਾਉਂਦੀ ਏ ਕਿ ਤੁਸੀਂ ਬਗੈਰ ਕਿਸੇ ਨੇ ਸਿਖਾਇਆ ਉਹਨੂੰ ਜਬਰੀ ਮذਬ ਵੱਲੇ ਆਂਦੇ ਜੇ ਇਹ ਜਿ ਕਰਨ ਦੇ ਨਾਲ ਕੋਈ ਪ੍ਰਚਾਰ ਨਹੀਂ ਹੈਗਾ ਨਾ ਇਸਲਾਮ ਦਾ ਪ੍ਰਚਾਰ ਤੇ ਨਾ ਸੁਣਨ ਵਾਲੇ ਨੂੰ ਉਹਦਾ ਅਸਰ ਹੁੰਦਾ ਹੈ ਮੇਰੀ ਗੱਲ ਸ਼ਾਇਦ ਬਹੁਤ ਸਾਰੇ ਪੈਣ ਪਾਈਆਂ ਨੂੰ ਬੁਰੀ ਲੱਗਦੀ ਹੋਵੇ ਲੇਕਿਨ ਮੈਂ ਇਹ ਵੀ ਚਾਹਨਾ ਵਾਂ ਕਿ ਸਮਝ ਸੋਚ ਦਾ ਕੰਮ ਲਈਏ ਕੀ ਸਿਰਫ ਜਬਰੀ ਮਜ਼ਹਬ ਸਾਡੀਆਂ ਕੁੜੀਆਂ ਵਾਸਤੇ ਹੀ ਹੈ ਕਿ ਉਹਨਾਂ ਦੇ ਮਜ਼ਹਬ ਤਬਦੀਲ ਹੋਣਾ ਹੈ ਉਹਨਾਂ ਨੂੰ ਹੀ ਵਰਖ ਲਾਇਆ ਜਾਣਾ ਹੈ ਔਰ ਜੇ ਕੋਈ ਮੁੰਡਾ ਤੁਸੀਂ ਫੜ ਲਿੰਦੇ ਜੇ ਜਾਕੋ ਮੁੰਡਾ ਆ ਅਤੀ ਚੜ ਜਾਂਦਾ ਤੇ ਉਹਨੂੰ ਜ਼ਬਰਦਸਤੀ ਜਿਵੇਂ ਰਾਜਾ ਮਸੀਹ ਨੂੰ ਗਨ ਪੁਆਇੰਟ ਦੇ ਉੱਤੇ ਕੀਤਾ ਗਿਆ ਬਾਅਦ ਚੋ ਆ ਕੇ ਉਹਨੇ ਆਪਣਾ ਬਿਆਨ ਵੀ ਦੇ ਦਿੱਤਾ ਕਿ ਆ ਇਸ ਦਾ ਮਜ਼ਬ ਤਬਦੀਲ ਹੁੰਦਾ ਮੇਰੇ ਆਲਾ ਹਕਾਮ ਦੇਗੇ ਵੀ ਅਪੀਲ ਹੈ ਮੈਂ ਪਿਛਲੀ ਦਫਾ ਵੀ ਗੱਲ ਕੀਤੀ ਉਲਮਾ کرام ਦੇਗੇ ਵੀ ਇਹ ਗੱਲ ਕੀਤੀ ਕਿ ਇਹ ਜਿ ਮਜ਼ਬ ਤਬਦੀਲੀ ਨਹੀਂ ਹੁੰਦੀ ਕਾਨੂੰਨ ਵੀ ਸਾਹਮਣੇ ਆ ਗਿਆ ਕਿ ਯਾਰ ਜਿੰਨੀ ਦੇਰ ਤੱਕ ਤੁਸੀਂ ਉਹਨੂੰ ਪੰਜ ਤੋਂ 6 ਮਹੀਨੇ ਉਹਨੂੰ ਮਜ਼ਹਬ ਦੇ ਬਾਰੇ ਚ ਨਹੀਂ ਸਿਖਾਉਂਦੇ ਉਹਨੂੰ ਤੁਸੀਂ ਕਲਮਾ ਪੜਾਉਣ ਦਾ ਹੱਕ ਨਹੀਂ ਰੱਖਦੇ ਤੁਸੀਂ ਉਹਨੂੰ ਕਤਈ ਤੌਰ ਤੇ ਅਲ ਅਲਾਨੀਆਂ ਉਹਨੂੰ ਉਹਦਾ ਪ੍ਰਚਾਰ ਨਹੀਂ ਕਰ ਸਕਦੇ ਕਿ ਇਹ ਇਹਨੇ ਜੀ ਮਜ਼ਹਬ ਤਬਦੀਲ ਕਰ ਲਿਆ ਉਹ ਜਿਹੜੇ ਬੰਦੇ ਨੂੰ ਅਜੇ ਆਪਣੇ ਬਾਈਬਲ ਮੁਕੱਦਸ ਦਾ ਹੀ ਨਹੀਂ ਪਤਾ ਚੱਲਾ ਉਹਨੇ ਕੁਰਾਨ ਪਾਕ ਦੀ تعلیم ਨੂੰ ਕਿਵੇਂ ਕਬੂਲ ਕਰ ਲੈਣਾ ਸਭ ਤੋਂ ਪਹਿਲਾਂ ਤੇ ਉਹਨੂੰ ਮਸਬ ਦੇ ਬਾਰੇ ਚ ਦੱਸਿਆ ਜਾਵੇ ਕਿ ਇਸਲਾਮ ਦੇ ਅੰਦਰ ਇਹ ਕੁਝ ਹੈਗਾ ਤੇ ਜਿਹੜੇ ਮੇਰੇ ਭੈਣ ਭਈ ਸੁਣਦੇ ਪੈਣੇ ਵੇਖਦੇ ਪੈਣੇ ਮੇਰੀ ਹੱਥ ਜੋੜ ਕੇ ਉਹਨਾਂ ਦੇ ਕੇ ਅਪੀਲ ਏ ਕਿ ਭਾਈਓ ਬਾਈਬਲ ਮੁਕੱਦਸ ਨੂੰ ਵੀ ਪੜ ਲਿਆ ਕਰੋ ਬਾਈਬਲ ਮੁਕੱਦਸ ਨੂੰ ਸਮਝਣ ਲਈ ਕਿਉਂਕਿ ਬਾਈਬਲ ਮੁਕੱਦਸ ਜਦੋਂ ਕਲਿਸਿਆ ਦੀ ਬੁਨਿਆਦ ਰੱਖੀ ਗਈ ਸੀ ਜੋ ਕੁਝ ਅਸੀਂ ਸੁਣਿਆ ਤੇ ਪੜਿਆ ਉਹਦੇ ਚ ਚਾਰ ਗੱਲਾਂ ਦੇ ਉੱਤੇ ਤੁਹਾਨੂੰ ਤਾਲੀਮ ਦਿੱਤੀ ਗਈ ਏ ਚਾਰ ਗੱਲਾਂ ਦੇ ਉੱਤੇ ਮਸੀਹੀ ਕਲਿਸਿਆ ਦੀ ਬੁਨਿਆਦ ਰੱਖੀ ਗਈ ਉਹਦੇ ਚ ਪਹਿਲੀ ਗੱਲ ਏ ਵੇ ਕਿ ਉਹ ਲੋਕ ਜਿਹੜੇ ਸਨ ਉਹ ਰਸੂਲਾਂ ਦੇ ਕੋਲੋਂ ਤਾਲੀਮ ਪਾਉਂਦੇ ਸਨ ਜਿਹੜੇ ਕਿ ਸਾਡੇ ਲੋਕ ਨਹੀਂ ਪਾਉਂਦੇ ਪੈ ਉਹ ਰਫਾਕਤ ਰੱਖਦੇ ਸਨ ਜਿਹੜੀ ਕਿ ਅਸੀਂ ਨਹੀਂ ਰੱਖਦੇ ਉਹ ਰੋਟੀ ਤੋੜਦੇ ਤੇ ਦੁਆ ਕਰਨ 'ਚ ਮਸ਼ਗੂਲ ਰਹਿੰਦੇ ਜਿਹੜੇ ਕਿ ਅਸੀਂ ਨਹੀਂ ਕਰਦੇ ਇਹ ਚਾਰ ਕੰਮ ਨੇ ਜਿਹੜੇ ਸਾਨੂੰ ਆਖਿਆ ਗਿਆ ਕਿ ਤੁਸੀਂ ਕਰਨੇ ਨੇ ਲੇਕਿਨ ਅਸੀਂ ਇਹ ਨਾ ਗੱਲਾਂ ਦੇ ਵਿੱਚ ਗੌਰ ਨਹੀਂ ਕਰਦੇ ਅਸੀਂ ਕਿੰਨਾ ਗੱਲਾਂ ਉਤੇ ਗੌਰ ਕਰਨੇ ਆ ਜਿਹੜੀਆਂ ਸਾਨੂੰ ਸਾਡੇ ਮਜ਼ਬੂਤ ਤੋਂ ਦੂਰ ਕਰ ਦਿੰਦੀਆਂ ਨੇ ਅਸੀਂ ਆਪਣੇ ਘਰਾਂ ਦੇ ਵਿੱਚ ਕਦੀ ਵੀ ਚੌਕੀਦਾਰਾ ਕਰਨਾ ਪਸੰਦ ਨਹੀਂ ਕਰਦੇ ਆਪਣੇ ਅੰਦਰ ਦਾ ਚੌਕੀਦਾਰਾ ਕਰਨਾ ਪਸੰਦ ਨਹੀਂ ਕਰਦੇ ਕਾਸ਼ ਕਾਸ਼ ਕਿ ਅਸੀਂ ਆਪਣੇ ਆਪ ਦੇ ਤੇ ਆਪਣੇ ਘਰਾਂ ਦੇ ਚੌਕੀਦਾਰ ਬਣ ਜਾਈਏ ਸਾਡੀਆਂ ਕੁੜੀਆਂ ਵੀ ਕਦੀ ਮਜ਼ਬਤ ਤਬਦੀਲ ਨਹੀਂ ਕਰਨਗੀਆਂ ਸਾਡੇ ਮੁੰਡੇ ਵੀ ਮਜ਼ਬਤ ਤਬਦੀਲ ਨਹੀਂ ਕਰਨਗੇ ਜਦ ਅਸੀਂ ਆਪਣੇ ਘਰ 'ਚ ਮੈਂ ਇਹ ਗੱਲ ਬੜੀ ਔਖੀ ਜੀ ਕਰਨ ਲੱਗਾ ਵਾਂ ਕਿ ਮੇਰਾ ਕੋਈ ਵੀ 크੍ਰਿਸਚਨ ਭਾਈ ਜਿਹੜਾ ਹੈ ਉਹ ਕਦੀ ਵੀ ਬੜੀ ਆਜ਼ਾਦੀ ਦੇ ਨਾਲ ਕਿਸੇ ਮੁਸਲਮਾਨ ਦੇ ਘਰ ਨਹੀਂ ਜਾ ਕੇ ਬਹਿ ਸਕਦਾ ਲੇਕਿਨ ਉਹ ਮੁਸਲਮਾਨ ਪਾਈ ਨੂੰ ਤੁਸੀਂ ਆਪਣੇ ਘਰ ਬਿਠਾ ਕੇ ਉਹਨੂੰ ਸ਼ਰਾਬਾਂ ਵੀ ਪਿਉਂਦੇ ਜੇ ਉਹਦੇ ਨਾਲ ਗੁਲਗਪਾੜੇ ਵੀ ਕਰਦੇ ਜੇ ਤਾਂ ਉਹੀ ਫਿਰ ਤੁਹਾਡੀ ਉਸ ਬੱਚੀ ਨੂੰ ਘਰ ਲੈ ਜਾਂਦਾ ਤੇ ਫਿਰ ਬਾਅਦ ਚ ਮਜ਼ਬਤ ਤਬਦੀਲੀ ਵਾਲ ਨੂੰ ਲੈ ਆਂਦਾ ਤੇ ਫਿਰ ਅਸੀਂ ਹੱਥ ਮਲਦੇ ਰਹਿ ਜਾਂਦੇ ਆ ਕਿ ਸਾਡੀ ਧੀ ਜਾਂ ਸਾਡਾ ਪੁੱਤਰ ਮੁਸਲਮਾਨ ਹੋ ਗਿਆ ਮੇਰੇ ਅਜ਼ੀਜ਼ੋ ਮੇਰੇ ਭੈਣ ਭਾਈਓ ਇਹ ਗੱਲ ਨੂੰ ਸਮਝਦਾ ਵੇਲਾ ਹੈ ਮੈਂ ਅੱਜ ਇਸ ਲਈ ਇਹ ਗੱਲ ਕੀਤੀ ਏ ਔਰ ਜਿਹੜਾ ਅਸੀਂ ਮوضوع ਰੱਖਿਆ ਹੈ ਉਹ ਹੈ ਜਬਰੀ ਮਜ਼ਹਬ ਤਬਦੀਲੀ ਮੇਰੇ ਅਜ਼ੀਜ਼ੋ ਮੇਰੇ ਭੈਣ ਭਾਈਓ ਕਾਸ਼ ਕਿ ਮੇਰੀ ਗੱਲ ਤੁਹਾਡੀ ਸਮਝ ਆ ਜਾਵੇ ਜੇ ਗੱਲ ਸਮਝ ਆ ਗਈ ਤੇ ਅਸੀਂ ਸਮਝਾਂਗੇ ਕਿ ਅਸੀਂ ਬੜੀ ਵੱਡੀ ਕੋਸ਼ਿਸ਼ ਪੂਰੀ ਕਰ ਲਈਏ ਤੇ ਜੇ ਤੁਸੀਂ ਅੱਜ ਵੀ ਕੰਨ ਖਲੇ ਸਮਾਰ ਲਈ ਤੇ ਸ਼ਾਇਦ ਸਾਡੇ ਪ੍ਰੋਗਰਾਮ ਨੂੰ ਤੁਸੀਂ ਐਵੇਂ ਸਮਝ ਕੇ ਛੱਡ ਦਿੱਤਾ ਫਜ਼ੂਲ ਸਮਝ ਲਿਆ ਤੇ ਤੁਸੀਂ ਆਪਣੀ ਜ਼ਿੰਦਗੀ ਨੂੰ ਫਜ਼ੂਲ ਕਰ ਲਿਆ ਮੇਰੀ ਇਸ ਚੈਨਲ ਦੀ ਵਿਸਾਤਤ ਨਾਲ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਵਾਂ ਤੇ ਮਿੰਨਤ ਕਰਨਾ ਵਾਂ ਇਸ ਗੱਲ ਤੇ ਗੌਰ ਕਰੋ ਆਪਣੇ ਪੰਜਾਬੀ ਜਹੀ ਕਹਿੰਦੇ ਆ ਕਿ ਆਪਣੀ ਮੰਜੀ ਥੱਲੇ ਡਾਂਗ ਫੇਰਨਾ ਆਪਣੇ ਘਰਾਂ ਤੇ ਗੌਰ ਕਰੀਏ ਤੇ ਆਪਣੇ ਪੈਨ ਪਾਈਆਂ ਜਿਹੜੇ ਮੁਸਲਮਾਨ ਪੈਨ ਪਾਈ ਨੇ ਉਹਨਾਂ ਅੱਗੇ ਵੀ ਇਹ ਗੱਲ ਕਰਾਂਗਾ ਅੱਜ ਦੀ ਗੱਲ ਅੱਜ ਦੀ ਗੱਲ ਇਹਵੇਂ ਕਿ ਤੁਸੀਂ ਜਬਰੇ ਨਹੀਂ ਜੇ ਕੋਈ ਤੁਸੀਂ ਗੱਲ ਕਰਨੀ ਹੈ ਤੇ ਪਹਿਲਾਂ ਕਾਨੂੰਨੀ ਤਕਾਸੇ ਪੂਰੇ ਕਰੋ ਕਿਉਂ ਨੂੰ ਪੰਜ ਤੋਂ 6 ਮਹੀਨੇ ਉਹਨੂੰ ਪਹਿਲਾਂ ਸਿਖਾਇਆ ਜਾਵੇ ਜੇ ਉਹਨੂੰ ਸਮਝ ਆ ਜਾਵੇ ਤੇ ਫਿਰ ਤੇ ਠੀਕ ਹੈ ਤੇ ਜਿਹਨੂੰ ਆਪਣੇ ਮਜ਼ਬਦ ਦੀ ਸਮਝ ਨਹੀਂ ਆਈ ਜਿਵੇਂ ਅਸੀਂ Sri Lanka ਦੇ ਬੰਦੇ ਨੂੰ ਬਗੈਰ ਸਮਝੋ ਸੋਚੇਂ ਉਹਦਾ ਕਿਲਾਈ ਕੇਮਾ ਕਰ ਦਿੱਤਾ ਉਹਨੂੰ ਤੇ ਆਪਣੇ ਉਰਦੂ ਨਹੀਂ ਸੀ ਪੜਨੀ ਆਉਂਦੀ ਉਹ ਤੇ ਇੰਗਲਿਸ਼ ਬੋਲਦਾ ਇੰਗਲਿਸ਼ ਪੜਦਾ ਤੇ ਲਿਖਦਾ ਸੀ ਇਸੇ ਤਰ੍ਹਾਂ ਸਾਡੇ ਲੋਕ ਵੀ ਜਿਹੜੇ ਆਪਣੇ ਗਿਰਜੇ ਵੀ ਨਹੀਂ ਜਾਂਦੇ ਆਪਣੇ ਉਹ ਜਲਦੀ ਕੀ ਤਿਆਂ ਉਹਨਾਂ ਨੂੰ ਬਾਪੇਟਾ ਨਹੀਂ ਕਰਨਾ ਆਂਦਾ ਤੇ ਉਹਨੂੰ ਦੂਜੇ ਦਿਨ ਐਲਾਨ ਹੋ ਜਾਂਦਾ ਜੀ ਉਹ ਮੁਸਲਮਾਨ ਹੋ ਗਿਆ ਇਹ ਗੱਲ ਗਲਤ ਹੈਗੀ ਹੈ ਮਿਹਰਬਾਨੀ ਕਰਕੇ ਇਹਨਾਂ ਗੱਲਾਂ ਤੇ ਗੌਰ ਕਰੋ ਤਾਂ ਕਿ ਕੋਈ ਐਸੇ ਗਲਤ ਵਾਕਿਆਤ ਨਾ ਹੋਣ ਜਿੰਦੀ ਵੇਤੋਂ ਅਸੀਂ ਪਾਕਿਸਤਾਨ 'ਚ ਰਹਿ ਕੇ ਆਪਣੇ ਤੇ ਅਫਸੋਸ ਕਰਨੇ ਆ ਅੱਗੋ ਕਰ ਦੇਣਾ ਰਹੀਏ ਬਲਕਿ ਅਸੀਂ ਤੁਹਾਡੀ ਮੁਹੱਬਤਾਂ ਦੇ ਨਾਲ ਅਸੀਂ ਇਸ ਮੁਲਕ ਦੇ ਅੰਦਰ ਖੁਸ਼ਹਾਲ ਤੇ ਇਸ ਮੁਲਕ ਨੂੰ ਗੁਲੇ ਗੁਲਜ਼ਾਰ ਬਣਾ ਦਾ ਹਿੱਸਾ ਬਣ ਸਕੀਏ ਤੇ ਮੈਂ ਇਸ ਗੱਲ ਦੇ ਨਾਲ ਦੁਬਾਰਾ ਫਿਰ ਹਾਜ਼ਰ ਹੋਵਾਂਗਾ ਤੇ ਮੈਂ ਹਾਜ਼ਰ ਹੁੰਦਾ ਰਵਾਂਗਾ ਸਾਰਿਆਂ ਨੂੰ ਰੱਬ ਰੱਖਾ ਤੇ ਯਸਮ ਸੀ ਦੀਜੇ